ਸਵਾਗਤ ਕਰਦਾ ਹਾਂ ਵੀਰ ਅਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ ਡੀਸੀ ਆਫਿਸ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਅਪਡੇਟ ਜਿਹੜਾ ਜੀ ਨਿਕਲ ਕੇ ਆ ਚੁੱਕਿਆ ਤੇ ਮੈਂ ਤੁਹਾਨੂੰ ਇਸ ਵੀਡੀਓ 'ਚ ਪੂਰੀ ਡਿਟੇਲ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਿਲਿਟੀ ਕੀ ਰਹੋਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਡਾ ਹਰ ਇੱਕ ਡਾਊਟ ਜਿਹੜਾ ਜੀ ਉਹ ਕਲੀਅਰ ਹੋ ਜਾਵੇ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਵੀ ਦੱਸਾਂਗਾ ਵਿਦ ਅਫੀਸ਼ੀਅਲ ਨੋਟੀਫਿਕੇਸ਼ਨ ਤੁਸੀਂ ਸਾਡੇ ਚੈਨਲ ਤੇ ਅਗਰ ਪਹਿਲੀ ਵਾਰ ਆ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾ ਹੀ ਕੋਈ ਬੈਲ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਸਰ ਮਿਲ ਸਕੇ ਤੇ ਤੁਸੀਂ ਸਮਾਂ ਰਹਿਣਦੇ ਨੂੰ ਅਪਲਾਈ ਵੀ ਕਰ ਸਕੋ ਇਸ ਤੋਂ ਇਲਾਵਾ ਹੋਰ ਕਈ ਰਿਕਰੂਟਮੈਂਟ ਦੇ ਨੋਟੀਫਿਕੇਸ਼ਨ ਜਿਹੜੇ ਕਿ ਪੰਜਾਬ ਲਈ ਰਿਲੀਜ਼ ਕਰ ਦਿੱਤੇ ਗਏ ਨੇ ਤੁਸੀਂ ਸਾਡੇ YouTube ਚੈਨਲ ਤੇ ਜਾ ਕੇ ਚੈੱਕ ਕਰਕੇ ਸਟੈਪ ਬਾਈ ਸਟੈਪ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ ਜੀ ਔਰ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਜੀ ਸਾਨੂੰ ਉਹ ਮੋਟੀਵੇਸ਼ਨ ਮਿਲਦੀ ਹੈ ਨਵੇਂ-ਨਵੇਂ ਵੀਡੀਓ ਬਣਾਉਣ ਚ ਮਦਦ ਮਿਲਦੀ ਹੈ ਜੀ ਚਲੋ ਹੁਣ ਮੈਂ ਤੁਹਾਡਾ ਜ਼ਿਆਦਾ ਸਮੇਂ ਟਵਿਸ ਨਾ ਕਰਦੇ ਹੋਏ ਤੁਹਾਨੂੰ ਲੈ ਚੱਲਦਾ ਹਾਂ ਜੀ ਅਫੀਸ਼ੀਅਲ ਡਿਟੇਲ ਦੇ ਉੱਪਰ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਹ ਕਿਹੜੀ ਪੋਸਟ ਜਿਹੜੀ ਉਹ ਆਊਟ ਕੀਤੀ ਗਈ ਹੈ ਜੀ ਇਸ ਦੇ ਵਿੱਚ ਕੰਪਿਊਟਰ ਟੀਚਰ ਦੀ ਭਰਤੀ ਜਿਹੜੀ ਹੈ ਜੀ ਉਹ ਆਊਟ ਕਰ ਦਿੱਤੀ ਗਈ ਹੈ ਜਿਹੜੇ ਵੀ ਮੇਰੇ ਵੀਰ ਭਰਾ BCA BSC IT بی ٹیک سی ایس ਦੇ ਵਿੱਚ ਕੀਤੀ ਹੋਈ ਹੈ ਮਤਲਬ ਕੰਪਿਊਟਰ ਸਾਇੰਸ ਦੇ ਵਿੱਚ ایم ایس سی ਆਈਟੀ ਦੇ ਵਿੱਚ ਕੀਤੀ ਹੋਈ ਹੈ ایم ایس سی ਸੀ ایس ਦੇ ਵਿੱਚ ਕੀਤੀ ਹੋਈ ਹੈ ایم سی اے ਕੀਤੀ ਹੈ ایم ٹیک سی ایس ਦੇ ਵਿੱਚ ਕੀਤੀ ਹੈ ਤੇ 1 ਸਾਲ ਦਾ ایکسپیرینس ਹੈਗਾ ਹੈ ਟੀਚਿੰਗ ਦਾ ਤਾਂ ਤੁਸੀਂ एलिਜੀਬਲ ਹੋ ਮਤਲਬ ਤੁਹਾਨੂੰ ਟੀਚਿੰਗ ایکسپیرینس ਚਾਹੀਏ ਕਿਤੋਂ ਦਾ ਵੀ ਹੈ ਕਿਸੇ ਵੀ ਫਾਰਮ ਦਾ ਕਿਸੇ ਵੀ ਵੀ ਸਕੂਲ ਦਾ ਜਾਂ کالج ਦਾ ਤੁਸੀਂ ਇਹ ਜਿਹੜਾ ਆਪਣਾ ایکسپیرینس ਕਾਊਂਟ ਕਰਵਾ ਸਕਦੇ ਹੋ ਇਹਦੇ ਵਿੱਚ ਗਿਣਤੀ ਜਿਹੜੀ ਰਹੇਗੀ ਜੀ ਇੱਕ ਜਿਹੜੀ ਸਾਮੀਆ ਉਹ ਆਊਟ ਹੋਈ ਹੈ ਇਸ ਦੇ ਵਿੱਚ ڈی سی ریٹ ਤੇ ਤੁਹਾਡੀ ਜਿਹੜੀ ਤਨਖਾਹ ਹੈ 10560 ਰੁਪਏ ਪਰ ਮੰਤ ਜਿਹੜੀ ਹੈ ਉਹ ਜ ਰਹਿ ਗਈ ਜਿਹੜੇ ਵੀ ਉਮੀਦਵਾਰ ਜੇ ਉਹਨਾਂ ਨੂੰ ਫਾਰਮੈਟ ਜਿਹੜਾ ਹੈ ਜੀ ਉਹ httpcolon nawashar dot nic dot in ਤੇ ਜਾ ਕੇ ਜਿਹੜਾ ਹੈ ਉਹ ਮਿਲ ਜੇਗਾ ਤੁਸੀਂ ਉੱਤੇ ਕਲਿੱਕ ਕਰੋਗੇ ਤਾਂ ਫਾਰਮ ਡਾਊਨਲੋਡ ਕਰ ਲੈਣਾ ਜੀ ਫਾਰਮ ਡਾਊਨਲੋਡ ਕਰਕੇ ਫਿਲ ਕਰਨਾ ਹੋਏਗਾ ਜਿੱਦ ਸਭ ਤੋਂ ਪਹਿਲਾਂ ਤੁਸੀਂ ਆਪਣੀ ਪਰਸਨਲ ਡਿਟੇਲ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਰਾਈਟ ਸਾਈਡ ਤੇ ਲਗਾਉਂਗੇ ਜਿਹੜੀ ਰੀਸੈਂਟਲੀ ਖਿੱਚੀ ਹੋਏਗੀ ਤੁਹਾਡੀ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਦੀ ਡਿਟੇਲ ਫਿਲ ਕਰਨੀ ਹੈ ਤੇ ਜਿਹੜੇ ਵੀ ਡਾਕੂਮੈਂਟ ਤੁਸੀਂ ਨਾਲ ਭੇਜਨੇ ਨੇ ਉਹ ਕਾਪੀ ਨਾਲ ਤੁਸੀਂ ਜਿਹੜੇ ਸਬ ਟੈਸਟਿਫਾਈਡ ਕਰਕੇ ਆਪਣੇ ਯੋਗਤਾ ਮਤਲਬ ਤੁਹਾਡੇ ਕੁਆਲੀਫਿਕੇਸ਼ਨ ਤੁਹਾਡੇ ਐਕਸਪੀਰੀਅੰਸ ਦੇ ਸਰਟੀਫਿਕੇਟ ਨਾਲ ਤੁਹਾਡੇ ਜਿਹੜੇ ਆਈਡੈਂਟੀਟੀ ਪ੍ਰੂਫ ਤੇ ਹੋ ਉਹ ਤੁਸੀਂ ਨਾਲ ਅਟੈਚ ਕਰਨੀ ਉਹਦੀ ਕਾਪੀ ਦੇ ਔਰ ਉਹ ਤੁਸੀਂ ਸਬਮਿਟ ਕਰਾਣੇ ਨੇ ਜੀ ਇਹਦੇ ਤੁਸੀਂ ਦੇਖ ਰਹੇ ਹੋ ਪਹਿਲੀ ਮੰਜ਼ਲ ਡਿਪਟੀ ਕਮਿਸ਼ਨਰ ਕਮਰਾ ਨੰਬਰ 104 ਮਿਤੀ 24 ਤਿੰਨ 2021 ਸ਼ਾਮ 4 ਵਜੇ ਤੱਕ ਤੁਸੀਂ ਜਿਹੜਾ ਹੈ ਸਬਮਿਟ ਕਰਵਾ ਸਕਦੇ ਹੋ ਬਾਈ ਹੈਂਡ ਇਸ ਦੇ ਵਿੱਚ ਜਿਹੜਾ ਵੀ ਕੋਈ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਸੋਧ ਜਾਂ ਕੋਈ ਨੋਟਿਸ ਹੋਏਗਾ ਜਾਂ ਰਿਕਰੂਟਮੈਂਟ ਦਾ ਫਾਈਨਲ ਰਿਜ਼ਲਟ ਹੋਏਗਾ ਉਹ ਤੁਹਾਨੂੰ ਸਾਰੇ ਹੀ ਕਮਿਊਨੀਕੇਸ਼ਨ ਜਿਹੜੀ ਇਸ ਵੈਬਸਾਈਟ ਦੇ ਉੱਪਰ ਹੋ ਜੇਗੀ ਤੁਸੀਂ ਇੱਥੇ ਹੀ ਜਾ ਕੇ ਚੈੱਕ ਕਰ ਸਕਦੇ ਹੋ ਜੀ ਇਹਦੇ ਵਿੱਚ ਹੋਰ ਵੀ ਇਨਸਟਰਕਸ਼ਨ ਲਿਖਿਆ ਹੋਇਆ ਹੈ ਨੇ ਕਿ ਜਿਹੜੀ ਆ ਵੀ ਜਿਹੜੀ ਵੀ ਭਰਤੀ ਹੈ ਕਦੇ ਵੀ ਰੱਦ ਕੀਤੀ ਜਾਦੀ ਜੋ ਕਿ ਸਾਰਾ ਹੱਕ ਜਿਹੜਾ ਡੀਸੀ ਆਫਿਸ ਕੋਲ ਰਹੇਗਾ ਇਸ ਦੇ ਵਿੱਚ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ 10ਵੀਂ ਦੇ ਵਿੱਚ ਜਿਹੜੇ ਹੈ ਪੰਜਾਬੀ ਨਾਲ ਪਾਸ ਹੋਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਇੰਟਰਵਿਊ ਲਈ TADA ਨਹੀਂ ਦਿੱਤਾ ਜਾਏਗਾ ਕੋਈ ਵੀ ਜਦੋਂ ਇੰਟਰਵਿਊ ਹੋਏਗੀ ਫਰਦਰ ਤੋਂ ਕਮਿਊਨੀਕੇਸ਼ਨ ਤੁਹਾਡੇ ਤੁਹਾਡੇ ਮੋਬਾਈਲ ਨੰਬਰ ਜਿਹੜੇ ਤੁਸੀਂ ਦਿੱਤੇ ਨੇ ਉਹਨਾਂ ਉੱਪਰ ਜਾਂ ਈਮੇਲ ਆਈਡੀ ਤੇ ਆ ਸਕਦੀ ਹੈ ਜੀ ਔਰ ਜਿਹੜੇ ਵੀ ਵੇਦ ਭਰਾ ਨੂੰ ਤਜਰਬਾ ਹੈਗਾ ਜਾਂ ਉਹ ਵੇਦਵਾ ਜਿਹੜੇ ਨੇ ਉਹ ਲੋਕਲ ਹੋਣਗੇ ਜ਼ਿਲ੍ਹੇ ਦੇ ਤਾਂ ਉਹਨਾਂ ਨੂੰ ਜਿਹੜੀ ਹੈ ਪਹਿਲ ਦਿੱਤੀ ਜਾਏਗੀ ਇਹ ਰਿਕਰੂਟਮੈਂਟ ਜਿਹੜੀ ਆਊਟ ਹੋਈ ਹੈ ਜੀ ਆਫਿਸ ਆਫ ਡਿਫਟੀ ਕਮਿਸ਼ਨਰ ਕਮ ਪ੍ਰੈਜ਼ੀਡੈਂਟ ਡਿਸਟ੍ਰਿਕਟ ਰੈਟਕਰਾਸ ਸੋਸਾਇਟੀ ਸ਼ੀਲ ਪਗਸਿੰਗ ਨਗਰ ਨਵਾਸ਼ਹਿਰ ਵੱਲੋਂ ਇਸ ਦੇ ਵਿੱਚ ਉਹਨਾਂ ਨੇ ਆਪਣਾ ਨੰਬਰ ਦਿੱਤਾ ਹੋਇਆ ਜੀ ਇੱਥੇ ਤੁਸੀਂ ਕਾਲ ਕਰਕੇ ਵੀ ਕਨਫਰਮ ਕਰ ਸਕਦੇ ਹੋ ਕੋਈ ਕਿਸੇ ਵੀ ਤਰ੍ਹਾਂ ਦੀ ਕੁਇਰੀ ਹੈ ਤੇ ਇਹਨਾਂ ਦੀ ਈਮੇਲ ਆਈਡੀ ਵੀ ਮੈਂਸ਼ਨ ਹੈ ਜੀ ਸੋ ਤੁਸੀਂ ਜਿਹੜਾ ਮੇਨ ਪੂਰਾ ਡਿਟੇਲ ਜੋ ਨੋਟੀਫਿਕੇਸ਼ਨ ਆ ਉਹ ਜਾ ਕੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਉਹ ਇੱਥੇ ਮੈਂਸ਼ਨ ਹੈ ਜੀ ਹੋਰ ਕੋਈ ਤੁਹਾਡਾ ਕੁਐਸਚਨ ਹੋਵੇ ਤੁਸੀਂ ਸਾਨੂੰ ਕਮੈਂਟ ਕਰਿਓ ਅਸੀਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਅਗਰ ਕੋਈ ਦਿੱਕਤ ਪਰੇਸ਼ਾਨੀ ਆਂਦੀ ਆ ਤਾਂ ਸਾਰੀ ਇਨਫਰਮੇਸ਼ਨ ਹੋਰ ਡਿਟੇਲ ਚ ਲੈਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਜੀ ਜਿੱਦਾਂ ਦੀ ਵੀ ਕੋਈ ਵੀ ਨੋਟੀਫਿਕੇਸ਼ਨ ਆਊਟ ਹੋਏਗਾ ਮੈਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਆਵਾਂਗਾ ਹੁਣ ਤਾਂ ਤੁਹਾਨੂੰ ਮਿਲਾਂਗਾ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ